Okay, the next objective is reducing inequalities. Reducing inequalities ਦੇ ਵਿੱਚ ਆਪਾਂ ਪਹਿਲਾਂ ਐਗਜ਼ਾਮਪਲ ਲੈਂਦੇ ਹਾਂ. ਫੋਰ ਐਗਜ਼ਾਮਪਲ, ਤੁਸੀਂ ਇਹਦੇ ਵਿੱਚ ਇੱਕ ਬਾਰ ਚਾਰਟ ਦੇਖ ਰਹੇ ਹੋ, ਬਾਰ ਡਾਇਗ੍ਰਾਮਸ ਦੇਖ ਰਹੇ ਹੋ. ਇਹਦੇ ਵਿੱਚ ਅਸੀਂ ਅਜ਼ਿਊਮ ਕਰਦੇ ਹਾਂ ਕਿ ਜਿਹੜੇ ਇੱਕ ਵਾਈ ਐਕਸਿਸ 'ਤੇ ਆ ਉਹ ਉਨ ਪਰਸਨਸ ਦੀ ਇਨਕਮ ਦਿੱਤੀ ਹੋਈ ਹੈ, ਐਂਡ ਐਕਸ ਐਕਸਿਸ ਦੇ ਉੱਤੇ ਪੀਪਲਸ ਨੇ. ਜਿਨ੍ਹਾਂ ਦੀ ਇਨਕਮ ਜ਼ਿਆਦਾ ਹੋ ਰਹੀ ਹੈ, ਇਟ ਮੀਨਸ ਆਹ ਸਾਰੇ ਜਿਹੜੇ ਪਰਸਨਸ ਨੇ ਉਹ ਰਿਚੈਸਟ ਪੀਪਲਸ ਨੇ, ਔਰ ਜਿਨ੍ਹਾਂ ਦੀ ਇਨਕਮ ਘੱਟ ਹੈ, ਇਟ ਮੀਨਸ ਦੇ ਆਰ ਦ ਪੂਅਰਰ ਪੀਪਲਸ. ਸੋ ਗੌਰਮੈਂਟ ਬਜਟ ਕਿਵੇਂ ਹੈਲਪ ਕਰਦੀ ਹੈ? ਗੌਰਮੈਂਟ ਬਜਟ ਦਾ ਮੇਨ ਓਬਜੈਕਟਿਵ ਕੀ ਹੈ? ਕਿ ਜਿਹੜੇ ਪੂਅਰਰ ਔਰ ਰਿਚਰ ਹੈ ਉਹ ਦੋਨੋਂ ਇਕੁਅਲ ਹੋਣ, ਇਕੁਐਲਿਟੀ ਹੋਵੇ ਇਕੋਨਮੀ ਦੇ ਵਿੱਚ. ਸੋ ਇਕੁਐਲਿਟੀ ਕਿਵੇਂ ਮੇਨਟੇਨ ਕਰਨੀ ਹੈ ਇਕੋਨਮੀ ਦੇ ਵਿੱਚ? ਇਕੁਐਲਿਟੀ ਕਿਵੇਂ ਮੇਨਟੇਨ ਹੋਊਗੀ? ਇਹਦੇ ਵਿੱਚ ਗੌਰਮੈਂਟ ਕੀ ਅਜ਼ਿਊਮ ਕਰਦੀ ਹੈ ਕਿ ਮੰਨ ਲਓ ਜਿਨ੍ਹਾਂ ਦੀ ਇਨਕਮ ਇਹਦੇ ਵਿੱਚ, ਮੈਂ ਇਹਦੇ ਵਿੱਚ ਅਜ਼ਿਊਮ ਕੀਤੀ ਗਈ ਹੈ ਕਿ 2 ਲੱਖ ਤੋਂ ਅਗਰ ਇਨਕਮ ਕਿਸੇ ਦੀ ਵੱਧ ਹੈ, ਮੀਨਸ ਇਹਦੇ ਵਿੱਚ ਇੰਨੀ ਇਨਕਮ ਉਹਨਾਂ ਤੋਂ ਐਕਸਟਰਾ ਆ ਰਹੀ ਹੈ, ਇਹਦੇ ਵਿੱਚ ਕੀ ਕਰੂਗਾ ਗੌਰਮੈਂਟ? ਕੀ ਕਰੂਗੀ ਕਿ ਰਿਚੈਸਟ ਪੀਪਲਸ ਦੇ ਉੱਤੇ ਜ਼ਿਆਦਾ ਟੈਕਸ ਇੰਪੋਜ਼ ਕਰੂਗੀ, ਰਿਚੈਸਟ ਪੀਪਲ ਤੋਂ ਉਹ ਟੈਕਸ ਕਲੈਕਟ ਕਰੂਗੀ, ਔਰ ਜਿਹੜੀ ਜਿਨ੍ਹਾਂ ਦੀ ਇਨਕਮ ਘੱਟ ਹੈ, ਜਿਹੜੇ ਪੂਅਰ ਪੀਪਲਸ ਨੇ, ਉਹਨਾਂ ਨੂੰ ਉਹ ਜਿਹੜੀ ਇਨਕਮ ਕਲੈਕਟ ਕੀਤੀ ਹੈ ਉਹਨਾਂ ਨੇ ਟੈਕਸ ਫੋਰਮ ਦੇ ਵਿੱਚ, ਉਹ ਉਹਨਾਂ ਦੇ ਉੱਤੇ ਸਪੈਂਡ ਕਰੂਗੀ, ਉਹਨਾਂ ਨੂੰ ਇੱਕ ਤਰੀਕੇ ਨਾਲ ਸਬਸਿਡੀਜ਼ ਪ੍ਰੋਵਾਈਡ ਕਰੂਗੀ. ਸਬਸਿਡੀਜ਼ ਪ੍ਰੋਵਾਈਡ ਕਰਨ ਦੇ ਨਾਲ ਕੀ ਹੋ ਜੂਗਾ, ਉਹਨਾਂ ਦੀ ਇਨਕਮ ਆਟੋਮੈਟਿਕਲੀ ਇਨਕਰੀਜ਼ ਹੋਣ ਲੱਗ ਜੂਗੀ. ਸੋ ਅਗਰ ਇਨਕਮ ਇਨਕਰੀਜ਼ ਹੋਈ ਤਾਂ ਇਹਨਾਂ ਦੀ ਇਨਕਮ ਘੱਟ ਜੂਗੀ, ਔਰ ਇਹਨਾਂ ਦੀ ਪੂਅਰ ਪੀਪਲਸ ਦੀ ਇਨਕਮ ਇਨਕਰੀਜ਼ ਹੋ ਜੂਗੀ. ਇਹਦੇ ਨਾਲ ਕੀ ਹੋ ਜੂਗਾ, ਇਕੋਨਮੀ ਦੇ ਵਿੱਚ ਇਕੁਐਲਿਟੀ ਮੇਨਟੇਨ ਹੋ ਜੂਗੀ. ਸੋ ਬਜਟ ਦਾ ਮੇਨ ਓਬਜੈਕਟਿਵ ਕੀ ਹੈ? ਇਕੋਨਮੀ ਦੇ ਵਿੱਚ ਇਨਇਕੁਐਲਿਟੀ ਨੂੰ ਰਿਮੂਵ ਕਰਨਾ. ਇਨਇਕੁਐਲਿਟੀ ਦਾ ਮਤਲਬ ਹੈ ਕਿ ਸਾਰਿਆਂ ਦੀ ਇਨਕਮ ਐਂਡ ਵੈਲਥ ਬਰਾਬਰ ਹੋਣੀ ਚਾਹੀਦੀ ਹੈ, ਸੋ ਦੈਟ ਇਕੋਨਮੀ ਦੇ ਵਿੱਚ ਡਿਵੈਲਪਮੈਂਟ ਹੋ ਸਕੇ. ਸੋ ਰਿਡਿਊਸਿੰਗ ਇਨਇਕੁਐਲਿਟੀ ਇਟ ਇਜ਼ ਦਾ ਮੇਨ ਓਬਜੈਕਟਿਵ. ਇਹਦੇ ਵਿੱਚ ਲਾਈਕ ਇਸ ਦੇ ਅਕੋਰਡਿੰਗ ਤੁਹਾਨੂੰ ਜ਼ਿਆਦਾ ਸਮਝ ਆਊਗਾ. ਇਹਦੇ ਵਿੱਚ ਗੌਰਮੈਂਟ ਕੀ ਕਰਦੇ ਆ, ਰਿਚੈਸਟ ਪੀਪਲ ਤੋਂ ਕਲੈਕਟ ਟੈਕਸਿਸ ਫੋਰਮ ਦੇ ਟੈਕਸਿਸ ਕਲੈਕਟ ਕਰ ਲੈਂਦੀ ਹੈ, ਔਰ ਜੋ ਇਨਕਮ ਪੈਸਾ ਆਉਂਦਾ ਹੈ ਟੈਕਸਿਸ ਫੋਰਮ ਦੇ ਵਿੱਚ, ਉਹ ਟੈਕਸਿਸ ਸਪੈਂਡ ਕਰਦੀ ਹੈ ਪੂਅਰ ਪੀਪਲਸ ਦੇ ਉੱਤੇ ਇਨ ਦ ਫੋਰਮ ਆਫ ਸਬਸਿਡੀਜ਼. ਸਬਸਿਡੀਜ਼ ਫੋਰਮ ਦੇ ਵਿੱਚ ਪੂਅਰ ਪੀਪਲਸ ਨੂੰ ਅਗਰ ਡਿਸਟ੍ਰੀਬਿਊਟ ਕਰੂਗੀ ਤਾਂ ਇਹਦੇ ਨਾਲ ਕੀ ਹੋਣਗੇ, ਜਿਹੜੀ ਇਕੋਨਮੀ ਦੇ ਵਿੱਚ ਇਨਇਕੁਐਲਿਟੀ ਹੈ ਉਹ ਖਤਮ ਹੋ ਜੂਗੀ. ਸੋ ਇਹਦੇ ਨਾਲ ਇਨਇਕੁਐਲਿਟੀਜ਼ ਦੀ ਰਿਡਕਸ਼ਨ ਹੋ ਜਾਂਦੀ ਹੈ. ਸੋ ਗੌਰਮੈਂਟ ਏਮ ਟੂ ਇਨਫਲੂਐਂਸ ਦ ਡਿਸਟ੍ਰੀਬਿਊਸ਼ਨ ਆਫ ਇਨਕਮ. ਇਨਕਮ ਦੀ ਦੁਬਾਰਾ ਡਿਸਟ੍ਰੀਬਿਊਸ਼ਨ ਕਰਨੀ, ਰਿਚੈਸਟ ਪੀਪਲ ਦੇ ਉੱਤੇ ਟੈਕਸ ਜ਼ਿਆਦਾ ਇੰਪੋਜ਼ ਕਰਨਾ, ਔਰ ਪੂਅਰਰ ਦੇ ਵੈਲਫੇਅਰ ਵਾਸਤੇ ਸਪੈਂਡ ਕਰਨਾ, ਸੋ ਦੈਟ ਇਕੋਨਮੀ ਦੇ ਵਿੱਚ ਇਕੁਐਲਿਟੀ ਮੇਨਟੇਨ ਹੋਵੇ.